ਆ ਚੁੱਕੇ ਨੇ ਤੁਸੀਂ ਆਪਣੇ ਘਰ ਤੋਂ ਬਾਹਰ ਇੱਥੇ ਬੈਠੇ ਹੋ ਕੀ ਕਾਰਨ ਕੀ ਹੈ फैसला नहीं हुंदा गवर्नमेंट सानू न्याय नहीं दिंदी साडे बच्चे इत्थे ही बैठे रहणगे क्योंकि गवर्नमेंट ने ना भविष्य खराब कर दिता सानू पिछले दो महीने तो बच्चों तंग किया जा रहा है कि अकैडमी छड़ दो पिछले दो महीने तो तंग किया जा रहा अकैडमी छड़ दो बट बच्चों जोड़ा है वह पहला तो इन्होंने धमकाया धमकाया उस अकैडमी में आके कि जे कोई इतने आया तो असं कुटमार करा या उन्होंने तंग करा करते छोटे छोटे बच्चे देख इतने कितने छोटे छोटे बच्चे है छः साल सात साल के बच्चे है जो गोल्ड मैडलिस्ट है बच्चे इन्होंने छः सत्त साल के बच्चे गोल्ड मैडलिस्ट बच्चे भी है भाजी तो उन्होंने की अच्छ सूँ पता लगा एक बजे फोन आया कि तुम्हारी अकैडमी तोड़ते पे ने असं अकैडमी में पहुंचे देखिए कि सारी अकैडमी क्लेम कर दी नवी सरकार बनन तो बाद सरकार वालों वड्डे वड्डे दे वादे जरूर किए जाते हैं अज जलंधर दे रामा मंडी दे पुल दे थले छोटे छोटे बच्चे सड़कों पर आ चुके ने उन्हां दा कहना है साडी अकैडमी हटा दी गई है नगर निगम और विधायकों वालों जो अज छोटे छोटे बच्चे देर रात नू अपनी मंग लैके इत्थे बैठे पे ने पिछले 24 सालों तो जिहड़ी अकैडमी फ्री चल रही है जिहड़े बच्चों नू उत्थे स्पोर्ट्स के बारे दस्या जाता है तो तुहानू मैं दिखा रहा अपना कैमरामैन कहूँगा छोटे छोटे बच्चे धरने से बैठे पे ने उन्हां दा कहना साडी अकैडमी बना के दो भगवंत मान साडी अकैडमी उड़ा इन्होंने नगर निगम ने ढा दी गई है पिछले 24 साल तो जी अकैडमी चलती पी सी तो अज नगर निगम की टीम ने आके डिच चला के बच्चों की अकैडमी बंद कर दी गई है जो अज बच्चे सड़कों पर आके बह चुके हैं रात के 10 बज चुके ने छोटे छोटे नन्ने नन्ने बच्चे जोड़े इतने बैठे ने अभी इन्हों गलबात करते हैं छोटे छोटे बच्चे ना बेटा 10 बज चुके ने तुम अपने घर को बाहर इतने बैठे हो कि कारण की है किसकी तरफ से गिरा दिया गया कॉर्पोरेशन की तरफ से गिरा दिया गया उन्होंने कहा कि रमन अरोड़ा ने कहा हमने 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 कहा कि कोई कागजात दिखाओ उन्होंने कोई कागजात नहीं दिए इसलिए हम यहाँ पे बैठे रात के 10 बज चुके हैं कोई अफसर जबान आए आपके पास ਤੁਸੀਂ ਦੇਖਿਆ ਸੀ ਛੋਟੇ ਛੋਟੇ ਬੱਚਿਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਸਾਡੇ ਨਾਲ ਕੋਚ ਸਮਾਨ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਕੀ ਕਹਾਣੀ ਹੈ ਕਿਹੜੀ ਇਹਨਾਂ ਦੀ ਅਕੈਡਮੀ ਤੋੜ ਦਿੱਤੀ ਗਈ ਹੈ ਰਾਤ ਨੂੰ ਦੇਰ ਰਾਤ ਦੇ ਕਰੀਬ ਹੋ ਚੁੱਕਾ ਹੈ ਬੱਚੇ ਛੋਟੇ ਛੋਟੇ ਸੜਕਾਂ 'ਤੇ ਬੈਠੇ ਪਏ ਨੇ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਕੀ ਗੱਲ ਕੀ ਹੋ ਗਈ ਤੁਸੀਂ ਸਾਰੇ ਬੱਚਿਆਂ ਨੂੰ ਲੈ ਕੇ ਸੜਕ 'ਤੇ ਬਹਿ ਗਏ ਹੋ ਰਾਤ ਦੇ 10 ਵੱਜ ਚੁੱਕੇ ਨੇ ਹਾਲੇ ਤੱਕ ਵੀ ਬੱਚੇ ਸੜਕਾਂ 'ਤੇ ਬੈਠੇ ਪਏ ਨੇ ਜਿੰਨਾ ਚਿਕਰ ਸਰ ਇਹ ਮਤਲਬ ਸਾਡਾ ਫੈਸਲਾ ਨਹੀਂ ਹੁੰਦਾ ਗੌਰਮੈਂਟ ਸਾਨੂੰ ਨਿਆਇ ਨਹੀਂ ਦਿੰਦੀ ਸਾਡੇ ਬੱਚੇ ਇੱਥੇ ਹੀ ਬੈਠੇ ਰਹਿਣਗੇ ਕਿਉਂਕਿ ਗੌਰਮੈਂਟ ਨੇ ਨਾ ਭਵਿੱਖ ਖਰਾਬ ਕਰ ਦਿੱਤਾ ਇੱਕ ਮਿੰਟ ਦੇ ਵਿੱਚ ਸਾਨੂੰ ਪਿਛਲੇ ਦੋ ਮਹੀਨੇ ਤੋਂ ਬੱਚਿਆਂ ਤੰਗ ਕੀਤਾ ਜਾ ਰਿਹਾ ਸੀ ਕਿ ਅਕੈਡਮੀ ਛੱਡ ਦਿਉ ਪਿਛਲੇ ਦੋ ਮਹੀਨੇ ਤੋਂ ਤੰਗ ਕੀਤਾ ਜਾ ਰਿਹਾ ਅਕੈਡਮੀ ਛੱਡ ਦਿਉ ਬਟ ਬੱਚਿਆਂ ਨੂੰ ਜਿਹੜਾ ਹੈਗਾ ਵਾ ਪਹਿਲਾਂ ਤਾਂ ਇਹਨਾਂ ਨੇ ਧਮਕਾਇਆ ਧਮਕਾਇਆ ਉਸ ਅਕੈਡਮੀ ਵਿੱਚ ਆ ਕੇ ਕਿ ਜੇ ਕੋਈ ਇੱਥੇ ਆਇਆ ਤਾਂ ਅਸੀਂ ਉਹਨੂੰ ਕੁੱਟਮਾਰ ਕਰਾਂਗੇ ਜਾਂ ਉਹਨੂੰ ਤੰਗ ਕਰਾਂਗੇ ਕਿਹਦੇ ਵੱਲੋਂ ਧਮਕਾਇਆ ਗਿਆ ਤੁਹਾਨੂੰ ਸਰ ਇੱਕ ਸ਼ਖਸ ਸੀਗੇ ਰਮਨ ਰਾਹੁਲ ਡੋਗਰਾ ਜੀ ਠੀਕ ਹੈ ਜੀ ਉਹਨਾਂ ਨੇ ਸਕੋਲ ਸਰ ਦੇ ਮੁਕੱਦਮਾ ਕੀਤਾ ਹੋਇਆ ਉਹਨਾਂ ਦਾ ਕੰਪਲੇਂਟ ਚੱਲਦੀ ਪਈ ਹੈ ਕੋਰਟ ਚੱਲਦਾ ਕੇਸ ਚੱਲੀ ਜਾਣ ਦੋ ਬਟ ਉਹ ਫਿਰ ਉਸ ਤੋਂ ਬਾਅਦ ਉੱਥੇ ਬੱਚਾ ਕੋ ਆਉਂਦੇ ਨੇ ਉਹਨੂੰ ਧਮਕਾ ਕੇ ਜਾਂਦੇ ਨੇ ਉਹਨਾਂ ਬੱਚਿਆਂ ਨੂੰ ਵੀ ਜੇ ਤੁਸੀਂ ਅਕੈਡਮੀ 'ਚ ਆਏ ਤਾਂ ਤੁਹਾਡੇ ਖਿਲਾਫ ਹੀ ਪਰਚਾ ਕਰ ਦਾਂਗੇ ਤੁਹਾਡੇ ਬਾਪੂ ਨੂੰ ਚੁਕਾ ਦਾਂਗੇ ਇਹ ਕਰ ਦਾਂਗੇ ਉਹ ਕਰ ਦਾਂਗੇ ਜਦੋਂ ਅਸੀਂ ਸਾਰੇ ਐਫ ਆਈ ਆਰ ਕਰਾਉਣ ਗਏ ਹਾਂ ਪੁਲਿਸ ਨੇ ਸਾਡੀ ਨਹੀਂ ਸੁਣੀ ਇੱਕ ਸਿੰਪਲ ਲੈਟਰ ਲੈ ਲਿਆ ਕਹਿੰਦੇ ਅਸੀਂ ਕਾਰਵਾਈ ਕਰਾਂਗੇ ਕੋਈ ਐਕਸ਼ਨ ਨਹੀਂ ਦਿੱਤਾ ਫਿਰ ਸਰ ਸਾਡੇ ਅਕੈਡਮੀ ਦੇ ਵਿੱਚ ਸਟਿੱਕਰ ਲਗਾਏ ਗਏ ਕਿ ਜਿਹੜਾ ਜਿਹੜਾ ਵੀ ਬੰਦਾ ਅਕੈਡਮੀ 'ਚ ਆਏਗਾ
ਉਹਨੂੰ ਕਿਤੇ ਵੀ ਕੁਛ ਵੀ ਹੋ ਸਕਦਾ ਹੈ। ਠੀਕ ਆ, ਉਹਦੀ ਵੀ ਅਸੀਂ ਐਫ ਆਈ ਆਰ ਲੈ ਕੇ ਗਏ, ਉਹਨਾਂ ਨੇ ਨਹੀਂ ਸੁਣੀ। ਹੁਣ ਭਾਅ ਜੀ ਕੀ ਹੋਇਆ ਵਾ, ਬੱਚੇ ਜਿਹੜੇ ਹੈਗੇ ਨੇ ਬੋਕਸਿੰਗ ਕਰਦੇ ਸੀ, ਛੋਟੇ ਛੋਟੇ ਬੱਚੇ ਦੇਖ ਕੇ ਕਿੱਡੇ ਛੋਟੇ ਛੋਟੇ ਬੱਚੇ ਆ, 6 ਸਾਲ 7 ਸਾਲ ਦੇ ਬੱਚੇ ਆ, ਜਿਹੜੇ ਗੋਲਡ ਮੈਡਲਿਸਟ ਵਿੱਚ ਹੈਗੇ ਆ ਵਿੱਚ, ਇਹਨਾਂ ਦੇ 6-7 ਸਾਲ ਦੇ ਬੱਚੇ ਗੋਲਡ ਮੈਡਲਿਸਟ ਬੱਚੇ ਵੀ ਹੈਗੇ ਨੇ ਭਾਅ ਜੀ। ਅਤੇ ਉਹਨਾਂ ਨੇ ਕੀਤਾ ਜੀ, ਅੱਜ ਸਾਨੂੰ ਪਤਾ ਲੱਗਾ 1 ਵਜੇ ਫੋਨ ਆਇਆ ਕਿ ਤੁਹਾਡੀ ਅਕੈਡਮੀ ਤੋੜਦੇ ਪਏ ਨੇ। ਅਸੀਂ ਅਕੈਡਮੀ ਵਿੱਚ ਪਹੁੰਚੇ ਹਾਂ, ਦੇਖਿਆ ਕਿ ਸਾਰੀ ਅਕੈਡਮੀ ਪਲੇਨ ਕਰ ਦਿੱਤੀ। ਕੀ ਤੁਹਾਡੇ ਕੋਲ ਉਸ ਵੀਡੀਓ ਹੈ ਪਲੇਨ ਕਰਦਿਆਂ ਦੀ ਵੀਡੀਓ, ਤੁਸੀਂ ਅਫਸਰ ਜ਼ਬਾਨ ਨਾਲ ਗੱਲਬਾਤ ਕੀਤੀ ਗਈ ਇਸ ਬਾਰੇ? ਕੋਈ ਵੀਡੀਓ ਸਾਡੇ ਕੋਲ ਨਹੀਂ ਹੈਗੀ। ਅਫਸਰ ਸਾਹਿਬਾਨ ਨਾਲ ਮੈਂ ਗੱਲ ਕੀਤੀ, ਐਸ ਡੀ ਐਮ ਸਾਹਿਬ ਸੀਗੇ, ਅਸੀਂ ਮੈਂ ਦਰਵਾਜ਼ਾ ਖੜਕਾਇਆ ਤਾਂ ਕਿ ਦਾ ਉਹਨਾਂ ਦਾ, ਮੈਂ ਕਿਹਾ ਸਰ ਗੱਲ ਕੀ ਹੋਈ, ਕੋਈ ਨੋਟਿਸ ਕੁਛ? ਕਹਿੰਦੇ ਇੱਥੇ ਕੁਛ ਨਹੀਂ, ਸਾਡੇ ਕੋਲ ਆਫਿਸ ਆਓ ਜੀ। ਫਟਾਫਟ ਨਾਲ ਪੁਲਿਸ ਵਾਲੇ ਸੀਗੇ, ਨਾਲ 6-7 ਜਣੇ ਇਹ ਸੀਗੇ, 2 ਗੱਡੀਆਂ ਸੀ, ਇੱਕ ਫੌਜੀ ਜੀਪ ਸੀਗੀ ਜੀ, ਇਹ ਚਲੇ ਗਏ। ਅੱਛਾ, ਕੀ ਕਿਹੜੀ ਅਕੈਡਮੀ ਤੁਸੀਂ ਚਲਾਉਂਦੇ ਹੋ, ਉਹ ਪੈਸਿਆਂ ਨਾਲ ਚੱਲਦੀ ਹੈ ਜਾਂ ਫ੍ਰੀ ਚਲਾਉਂਦੇ? ਨਹੀਂ ਸਰ, ਬਿਲਕੁਲ ਨਹੀਂ ਫ੍ਰੀ, ਕੋਈ ਪੈਸਾ ਨਹੀਂ ਲੱਗਦਾ ਜੀ, ਬਿਲਕੁਲ ਫ੍ਰੀ। ਬੱਚਿਆਂ ਨੂੰ ਜਿਹੜਾ ਹੈਗਾ ਵਾ ਆਪਣੇ ਕੋਚਿੰਗ ਸਿਖਾਈ ਜਾਂਦੀ ਕਿਸੇ 20-21 ਸਾਲਾਂ ਤੋਂ, ਉਸ ਤੋਂ ਬਾਅਦ ਬੱਚਿਆਂ ਨੂੰ ਬੋਕਸਿੰਗ ਨਾਲ ਜਿਹੜਾ 4-4 ਹਜ਼ਾਰ ਕਲੱਬ ਹੁੰਦਾ ਉਹ ਬੋਕਸਿੰਗ ਵਿੱਚ, ਉਹ ਵੀ ਫ੍ਰੀ 'ਚ ਆ ਜਾਂਦਾ ਹੈ। ਬੱਚਿਆਂ ਨੇ ਹਰ ਸਾਲ ਬੱਚਿਆਂ ਦੇ ਜੋੜੇ 'ਚ ਜਾਂਦੇ ਨੇ। ਕੀ ਕਾਰਨ ਕੀ ਰਹਿ ਗਿਆ ਇੱਕੋ ਦਮ ਜਿਹੜੀ ਫਿਰ ਅਕੈਡਮੀ ਤੋੜਨ ਤੋਂ ਬਾਅਦ ਤੁਸੀਂ ਸੜਕਾਂ 'ਤੇ ਆ ਜਾਂਦੇ ਹੋ, ਕੀ ਇਸ ਬਾਰੇ ਤੁਸੀਂ ਇਸ ਬਾਰੇ MLA ਸਾਹਿਬ ਨਾਲ ਮੁਲਾਕਾਤ ਕੀਤੀ? ਸਾਰਿਆਂ ਨੂੰ ਫੋਨ ਕੀਤਾ ਜੀ, ਕੋਈ ਵੀ ਬੰਦਾ ਸਾਡਾ ਫੋਨ ਨਹੀਂ ਚੱਕਦਾ। ਸਾਰੇ ਇਹ ਕਹਿ ਰਹੇ ਨੇ ਜੀ, ਜਿਹੜਾ ਇਹ ਔਡਰ ਆਇਆ ਵਾ ਇਹ ਭਗਵੰਤ ਮਾਨ ਸਾਹਿਬ ਨੇ ਆਪ ਦਿੱਤਾ ਹੈ। ਸਾਰੇ ਇਹ ਕਹਿੰਦੇ ਕਿ ਇਹ ਆਰਡਰ ਭਗਵੰਤ ਮਾਨ ਸਾਹਿਬ ਨੇ ਆਪ ਦਿੱਤਾ ਹੈ। ਉਹਨਾਂ ਨੇ ਕਿਹਾ ਕਿ 1 ਘੰਟੇ ਦੇ ਅੰਦਰ ਅੰਦਰ ਇਹ ਅਕੈਡਮੀ, ਮਤਲਬ ਇਹ ਜਗ੍ਹਾ ਜਿਹੜੀ ਹੈਗੀ, ਪੱਧਰੀ ਕਰ ਦਿੱਤੀ ਜਾਵੇ, ਇਹ 'ਚ ਕੁਛ ਵੀ ਨਾ ਹੋਣਾ ਚਾਹੀਦਾ। ਇਹ ਚੀਜ਼ ਤੁਹਾਨੂੰ ਕਿੰਨੇ ਕਹੀ ਹੈ ਸਰ? ਇਹ ਜਿਹੜੇ ਬੰਦੇ ਆਏ ਸਾਰੇ ਨਗਰ ਨਿਗਮ ਤੋਂ ਆਫਿਸ ਸੀਗੇ, ਮੇਰੇ ਕੋਲ ਉਹਨਾਂ ਦੀ ਗੱਡੀ ਦਾ ਨੰਬਰ ਹੈਗਾ ਜੀ, ਉਹਨਾਂ ਨੇ ਭਗਵੰਤ ਮਾਨ ਜੀ ਨੇ ਕਿਹਾ। ਆਹ ਜਿਹੜੇ ਬੰਦੇ ਆ ਜੀ, ਇਹਨਾਂ ਨੇ ਸਾਨੂੰ ਇੱਕ ਆਪਣੇ ਮੋਬਾਈਲ ਦੇ ਵਿੱਚ ਹੀ ਲੈਟਰ ਦਿਖਾਇਆ, ਦਿੱਤਾ ਨਹੀਂ ਉਹਨੂੰ ਲੈਟਰ, ਸਾਨੂੰ ਮੋਬਾਈਲ 'ਚ ਦਿਖਾਇਆ। ਉਹਨਾਂ ਨੇ ਆਪ ਗੱਡੀ ਵਾਲੇ ਬੰਦੇ ਸੀਗੇ, ਕਹਿੰਦੇ ਜੀ ਭਗਵੰਤ ਮਾਨ ਜੀ ਨੇ ਕਿਹਾ ਵਾ, ਉਹਨਾਂ ਦਾ ਸਪੈਸ਼ਲ ਆਰਡਰ ਆਇਆ ਵਾ ਕਿ ਕਿਸੇ ਦੀ ਕੋਈ ਦਖਲਦਾਤੀ ਜੀ ਨਹੀਂ ਹੋਣੀ ਚਾਹੀਦੀ, 1 ਨਵਾਂ ਕਰਕੇ ਸਾਨੂੰ ਰਿਪੋਰਟ ਕਰੋ ਵਗੈਰਾ ਜੀ। ਸਾਨੂੰ ਵਾਪਸ ਰਿਪੋਰਟ ਕਰੋ ਕਿ ਇੱਕ ਟ੍ਰੇਨ ਹੋ ਗਈ, ਹੁਣ 10 ਵੱਜ ਚੁੱਕੇ ਨੇ, ਪਰਿਵਾਰ ਦੀ ਇੱਥੇ ਬੈਠੇ ਪਏ ਨੇ, ਤੁਹਾਡੇ ਨਾਲ ਬੱਚੇ ਵੀ ਛੋਟੇ ਛੋਟੇ ਬੱਚੇ ਬੈਠੇ ਪਏ ਨੇ। ਕੀ ਲੱਗਦਾ ਤੁਹਾਨੂੰ ਇਸ ਬਾਰੇ, ਸਰਕਾਰ ਨੇ ਤੁਹਾਡੇ ਅਫਸਰ ਜ਼ਬਾਨ ਦਾ ਕੋਈ ਪੁਲਿਸ ਪ੍ਰਸ਼ਾਸਨ ਨੇ ਤੁਹਾਡੇ ਨਾਲ ਰਾਬਤਾ ਕਾਇਮ ਕੀਤਾ? ਪੁਲਿਸ ਪ੍ਰਸ਼ਾਸਨ ਦੇ ਬੰਦੇ ਆਏ ਸੀਗੇ, ਇੱਕ ਆਫਿਸਰ ਵੀ ਆਏ ਸੀ, ਉਹਨਾਂ ਨੇ ਕਿਹਾ ਜੀ ਮੈਂ ਅੱਗੇ ਗੱਲ ਕਰਕੇ ਦੱਸਾਂਗਾ, ਕੋਈ ਗੱਲ ਨਹੀਂ ਹੋਈ। ਉਸ ਤੋਂ ਬਾਅਦ ਹੌਲੀ ਹੌਲੀ ਸਾਰੇ ਨਿਕਲ ਗਏ। ਇੱਕ SHO ਸਾਹਿਬ ਆਏ, SHO ਉਲਟਾ ਧਮਕੀ ਦੇ ਰਹੇ ਸੀਗੇ ਕਿ ਜਾਂ ਤਾਂ ਤੁਸੀਂ ਸਾਰੇ ਜਿਹੜੇ ਜਿਹੜੀ ਗੱਲ ਖਤਮ ਕਰ ਦਿਓ ਇੱਥੇ ਹੀ, ਨਹੀਂ ਤਾਂ ਉਲਟਾ ਤੁਹਾਡੇ 'ਤੇ ਪਰਚਾ ਹੋ ਜਾਣਾ ਵਾ ਇਹਨਾਂ ਦੇ ਉੱਪਰ। ਅੱਜ ਜਾਦਵ ਜੀ ਹੈਗੇ ਸਾਡੇ, ਇਹਨਾਂ ਦੇ ਉੱਪਰ ਪਰਚਾ ਹੋ ਜਾਣਾ ਵਾ ਜੀ। ਵੀ ਸਾਨੂੰ ਸਰ ਕਿਸੇ ਪਾਸੇ ਕੋਈ ਸਪੋਰਟ ਨਹੀਂ ਮਿਲ ਰਹੀ ਹੈ। ਕੋਚਿੰਗ ਤੁਸੀਂ ਕਰਦੇ ਹੋ, ਉਹ ਕੋਚਿੰਗ ਕੀ ਉਹ ਫ੍ਰੀ ਕਰਦੇ ਹੋ? ਸਰ ਮੈਂ ਕੁਝ ਨਹੀਂ ਕਰਦਾ, ਕੋਚਿੰਗ ਕੀ ਜਾਦਵ ਜੀ ਨੇ ਕਰਦੇ ਹੈ। ਇਹਨਾਂ ਦੀ ਬੇਟੀ 10 ਸਾਲ ਤੋਂ ਟ੍ਰੇਨਿੰਗ ਕਰ ਰਹੀ ਹੈ। ਅੱਛਾ ਜੀ, 10 ਸਾਲ ਤੋਂ ਸਟੇਟ ਚੱਲ ਰਹੀ ਹੈ, ਫ੍ਰੀ ਸੇਵਾ ਹੋ ਰਹੀ ਹੈ, ਸਭ ਜੋ ਉਹਦੇ ਬੂਟ ਆ ਜੋ ਕੱਪੜਾ ਆ ਸਭ ਫ੍ਰੀ ਹੋ ਗਿਆ, ਕੋਈ ਪੈਸਾ ਨਹੀਂ ਆਉਂਦਾ। ਜਿਹੜਾ ਜਲੰਧਰ 'ਚ ਖੇਡਿਆ ਜਾਂ ਪੂਰਾ ਪੰਜਾਬ ਦੇ ਵਿੱਚ ਵੀ ਪੂਰੇ ਪੰਜਾਬ ਜਿਹੜੀ ਹੈ ਨੈਸ਼ਨਲ ਚੈਂਪੀਅਨ, ਸਟੇਟ ਚੈਂਪੀਅਨ ਤਾਂ ਮੈਂ ਪਤਾ ਨਹੀਂ ਕਿਤਨੇ ਹੈ ਜੀ, ਹਮਾਰੇ ਸਟੇਟ ਚੈਂਪੀਅਨ ਇਸ ਅਕੈਡਮੀ ਕੇ ਕਿਤਨੇ ਮਾਲੂਮ ਹੀ ਨਹੀਂ, ਰਿਕਾਰਡ ਹੀ ਨਹੀਂ ਹੈ। ਜਬ ਆਪ ਸੋਚੋ ਨੈਸ਼ਨਲ, ਹਮਾਰੇ ਇੰਡੀਆ ਕੇ ਅੰਦਰ 28 ਰਾਜ ਸਾਤ ਕੇਂਦਰ ਸ਼ਾਸਿਤ ਪ੍ਰਦੇਸ਼ ਹੈ। ਜੋ ਅਕੈਡਮੀ ਆਪਕੀ ਬਣਾਈ ਹੋਈ ਹੈ ਕਿ ਉਹ ਅਕੈਡਮੀ ਸਰਕਾਰੀ ਹੈ? ਰਜਿਸਟਰਡ ਹੋਤੀ ਹੈ ਨਾ ਸਰ? ਨਹੀਂ ਨਹੀਂ, ਜੋ ਜਗ੍ਹਾ ਹੈ ਕਿਆ ਉਹ ਆਪਕੀ ਪਰਸਨਲ ਹੈ ਜਾਂ ਸਰਕਾਰੀ? ਅਸੀਂ ਕਾਰਪੋਰੇਸ਼ਨ ਕੀਤੀ, ਹਮ ਉਹਨਾਂ ਜਗ੍ਹਾ ਦੀ ਟ੍ਰੇਨਿੰਗ ਕਰਾਓ। ਅੱਛਾ, ਬਲਬੀਰ ਸਿੰਘ ਬਿੱਟੂ ਜੀ ਨੇ, ਬਲਬੀਰ ਸਿੰਘ ਬਿੱਟੂ ਪਾਸਰ, ਫਿਰ ਆਪਣੇ ਗੱਦੀ ਸਵਾਰ ਕਰ ਜੀ ਨੇ ਕਰਾਓ, ਕਰਵਾ ਰਹੇ ਤੇ ਸਭ ਤੋਂ ਜੀ ਤੋਂ ਵਹਾਂ ਸੇ ਬੋਕਸਿੰਗ ਕਬ ਸੇ ਕਰ ਰਹੇ ਤੇ ਹਮਨੇ ਤੋ ਅਭੀ ਪਹਿਲੇ ਇਨਕੋ ਬਤਾ ਕੇ ਆਟਾ ਹੂੰ कि हमने रिक्वेस्ट करी कि आप पानी भरते हैं, बारिश आती है, आपके आपके पास कोई काउंसलर का रिटर्न है आपको जगह दी? सर एक चीज़ बताएं, वहाँ पे जब हमने जगह दी थी ना, वहाँ कोई डर के हमारे जाता ही नहीं था। 15-20 समय जब दी थी जगह जाता ही नहीं था, हमने उसको साफ किया, उसमें प्रैक्टिस शुरू करी, वहाँ से बच्चे के नशे में प्यार हो गया जमीन से, डेली मंगलवार को प्रसाद चढ़ाते हैं, ठीक है। और बच्चे जहाँ पे स्पोर्ट्स मैन की अगर भावना समझोगे ना, जिस जमीन में मत्था टेकते हैं वो उसको कभी भूलते नहीं, कुछ खाते हैं ना पहले वहाँ चढ़ाते हैं जमीन में, प्यार हो गया। और जी जी नहीं नहीं स्टेट चैंप, सुनिए मेरी बात, मैं कहना क्या चाहता हूँ, मेन बात क्या? नहीं मेरा ये बात है, आज 10 बज चुके हैं, 10 से ज़्यादा टाइम हो चुका है, छोटे छोटे बच्चे यहाँ पर बैठे हुए, यही टाइम इनका घर पे था, अब यहाँ पर बैठे हुए हैं, क्या आप इस बारे में नगर निगम के अफसर या MLA के जबान के कोई अफसर आपसे? कोई नहीं आया भाई, आप ये देखिए कि आप कह रहे हो कि आपकी रिटर्न है, रिटर्न भाई काउंसलर जब ये कह रहा है, हमें मौजूदा MLA कह रहा है, बेरी साहब ने कहा यहाँ पे नहीं पत्थर पाया कि आप, मैंने कहा जी बारिश होती है यहाँ पर, हमें कुछ परमिशन दो कि शर्ट बना, 1 लाख रुपया दे गया बेरी होते हैं, कहता हूँ हाउस में डाल देंगे बेरी साहब। 200 बंदों का गए यहाँ का, जगदीश मार्ग का 200 बंदों का आगे गोल किए गए,
नींव पत्थर रखवाया, आज एकेडमी तोड़ दी है, सरकार चेंज होगी तो एकेडमी टूट गई, पता ही नहीं मुझे क्या ना सरकार ने आपकी मांग मंगी, अगली की रणनीति हो। हाँ जी, अगली क्या रणनीति है आपकी? हमारी रणनीति भाई साहब मेरी मुझे, मैं तो पेरेंट्स हैं, मैं तो ऐसी आ गया, क्यों आ गया, मेरे बच्चे हैं चार स्कूल में, कहते छोड़ दो छोटे बच्चों जी, हमारे नहीं सुनिए, ये बच्चे जो धरना चक्या जाए नहीं ते तुहाडे ते उल्टा परचा हो जाएगा। जो अज बच्चे इत्थे बैठे ने अपना हक लैण लई, जो पंजाब सरकार वालों वड्डे वड्डे वादे जरूर किए जा रहे ने स्पोर्ट्स नूं अगे वधाउण लई वड्डे वड्डे वादे किए जा रहे ने, जो अज देख रहे हो टाइम टेबल मैं तुम दस देवा 10:24 हो चुके हुए ने, हाले तक भी जो छोटे छोटे बच्चे इतने बैठे हुए देख रहे हो, उन्होंने घर से इतने बैठे ने, उन्होंने मांग है साड़ी अकैडमी बनाई जाए। और तुम दस दिए कांग्रेस सरकार MLA हरजिंदर बेरी वालों 1,00,000 रुपया इस अकैडमी को दिता भी गया थी, इन्हों की अकैडमी जो इतने बच्चे फ्री सीखते हैं उन्होंने बच्चों का भिख बन जाए, इतों नैशनल चैंपियन जो बच्चे इतने बन के आए हैं, साढ़े ना एक लड़की भी है जो नैशनल इतने बच्चे जो नैशनल चैंपियन खेड सकते हैं वो अच्छे सड़क पर बैठे पे ने कि इन्हों सरकार की सरकार जो है बच्चे स्पोर्ट्स वालू लोग नशे वालू भजते पे ने स्पोर्ट को पिछे हटते पे ने कि बच्चे स्पोर्ट्स के द्वारा जाएंगे। असं इस बारे गल करते हैं तुम नैशनल खेडे हो खेडे हो कि अच्छ अकैडमी तोड़ दी गई है, तुम अच्छ सड़क पर बह गए हो कि अच्छी घर के होना चाहिए जा ग्राउंड होना चाहिए, 10:30 बज चुके ने तुम सड़क पर बैठे हुए हो। सर इन्होंने सारी बिना सू कोई नोटिस दिए हुए सारी अकैडमी तोड़ी थी, ठीक है, सारे पेरेंट्स ने मतलब सर ने पैसे लगा के जो अकैडमी तैयार की, सारे बच्चे उत्तर काम करा रहे थे, मजदूर तो कर रहे थे, सानू इन्नी खुशी से सारे बच्चे खुद उत्तर काम कर रहे थे, लेकिन सानू बिना नोटिस सारी अकैडमी तोड़ गई। साढ़े आते उत्थे कमिश्नर ऑफिस तो कोई कारपोरेशन ऑफिस तो कोई आया, वो सानू कह रहा कि चाबी लैके आओ, तुहाडा इत्थे सारा समान खाली करके जाओ, असीं कहा सर असीं इदां नहीं समान खाली कर सकते, साढ़े जिहड़े काउंसलर आ उन्हां नाल गल करो तुसीं, स्टेट लेवल जो बच्चे इतने स्पोर्ट्स का खेडे है वो अज सड़क पर बैठे हुए ने, देखना होगा सरकार की इतने के जो विधायक है रमन अरोड़ा की इन्हों की मदद कर सकते हैं ज नहीं। कैमरामैन संजय के नाल सोनू महाजन, पंजाब केसरी टीवी, जलंधर। देश दुनिया की हर वड्डी खबर नाल जुड़े रहने लई साडे YouTube चैनल नू सब्सक्राइब करो, नाल दी नाल हर नवी वीडियो दी नोटिफिकेशन लई बैल आइकन जरूर दबाओ। जेकर तुसी ये वीडियो Facebook ते देख रहे हो तो इसनू लाइक जरूर करो और ज्यादा तो ज्यादा शेयर भी करो। धन्यवाद।